मेरा की कसूर है भाई, मेरा तो कोई कसूर नहीं है ना। मिस्त्री आके मेनू बोलन लग गया इदा उदा, मैं क्या भाई गल सुन, मेरे ना बहस नहीं करनी, बाहर निकल घर तो बाहर चल, मेरा अगे दिमाग बहुत खराब हो रहा है। अंकल आ दे हाथ जोड़ी मेनू ना बुला, तू काम करना कर नहीं तो जा। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ। ਤੇ ਮਿਸਤਰੀ ਚੱਲ ਗਏ ਸੀ, ਅਸੀਂ ਸ਼ਾਮ ਨੂੰ ਘਰੋਂ ਬਾਹਰ ਆਏ। ਅੱਜ ਸਵੇਰ ਦਾ ਘਰ ਦੇ ਵਿੱਚ ਇੰਨਾ ਗਾਹ ਪੈ ਗਿਆ ਕਿਉਂਕਿ ਅੱਜ ਟਾਈਲਾਂ ਵਾਲੇ ਵੀ ਮਿਸਤਰੀ ਲੱਗ ਗਏ ਸੀ, ਔਰ ਘਰ ਦੇ ਵਿੱਚ ਖਲਾਰੇ ਕਿਚੜ ਪਿਚੜ ਜਿਹੜੇ ਵੀਰ ਭੈਣ ਨੇ ਆਣਾ ਸੀ ਉਹਨਾਂ ਨੂੰ ਅਸੀਂ, ਚਲੋ ਕੁਦਰਤੀ ਸਾਡਾ ਕੈਂਸਲ ਹੋ ਗਿਆ ਪ੍ਰੋਗਰਾਮ ਤੇ ਬਹੁਤ ਵਧੀਆ ਹੋ ਗਿਆ, ਬਿਕੋਜ਼ ਬਹੁਤ ਔਖਾ ਹੋ ਰਿਹਾ ਸੀ ਸਿਸਟਮ। ਐਂਡ ਜਿਹੜਾ ਯਾਰ ਠੇਕੇਦਾਰ ਲੱਗਿਆ ਨਾ ਟੈਲਾਂ ਵਾਲਾ, ਉਹਨੇ ਜਿਹੜਾ ਬੰਦਾ ਲਾਇਆ ਟੈਲਾਂ ਲਾਉਣ ਨੂੰ, ਬਜ਼ੁਰਗ ਅੰਕਲ ਸੀ, ਬਿਹਾਰੀ ਕੋਈ ਪ੍ਰਵਾਸੀ ਸੀ, ਉਹ ਇੰਨਾ ਜ਼ਿਆਦਾ ਕੱਬੇ ਸੁਭਾਅ ਦਾ ਸੀ, ਲੜੀ ਜਾਣਾ ਪੁੱਛੇ ਜੀ ਯਾਰ, ਸਾਰਾ ਦਿਨ ਚਿੰਗੜ ਪਿੰਗੜ ਲਾ ਕੇ ਰੱਖੀ ਉਹਨਾਂ ਨੂੰ। ਮੈਂ ਕਿਹਾ ਹੱਥ ਜੋੜਦਾ, ਮੈਂ ਕਿਹਾ ਬਾਈ ਕੱਲ ਆਪ ਭਾਵੇਂ ਤੂੰ ਆ ਜੀ ਠੇਕੇਦਾਰ ਨੂੰ, ਇਸ ਬੰਦੇ ਨੂੰ ਦੂਜੇ ਮਿਸਤਰੀ ਲੈ ਕੇ, ਇਹਨੂੰ ਲੈ ਕੇ ਨਾ, ਇਹ ਤਾਂ ਕੰਮ ਘੱਟ ਕਰਦਾ ਲੜਦਾ ਜ਼ਿਆਦਾ। ਚਲੋ ਜੋ ਵੀ ਇਹ ਇੱਕ ਬਾਲਕਨੀ ਆਲਮੋਸਟ ਡਨ ਹੋ ਗਈ ਟੈਲਾਂ ਵਾਲੀ, ਦੋ ਬਾਲਕਨੀਆਂ ਰਹਿ ਗਈਆਂ ਨੇ, ਬਟ ਕਿਰਨ ਨੇ ਮੇਰੇ ਲਈ ਕੰਮ ਵਧਾਤਾ। ਕਿਰਨ ਨੇ ਇੱਕ ਹੋਰ ਕੰਮ ਵੀ ਕਰਵਾ ਲਿਆ ਸ਼ੁਰੂ ਵਿੱਚ, ਲੱਕੜ ਦੀਆਂ ਅਲਮਾਰੀਆਂ ਤੋਂ ਕੰਮ ਸ਼ੁਰੂ ਹੋਇਆ ਸੀ, ਵਿੱਚ ਟੈਲਾਂ ਵੀ ਆ ਗਈਆਂ, ਵਿੱਚ ਬੈੱਡ ਵੀ ਐਡ ਆਨ ਕਰਤਾ, ਨਵੇਂ ਮੈਟਰਸ ਵੀ ਐਡ ਆਨ ਕਰਤੇ, ਹੁਣ ਕਿਰਨ ਨੇ ਉਹ ਸ਼ੀਸ਼ੇ ਜਿਹੜੇ ਟਫਨ ਗਲਾਸ ਵੀ ਕਰਵਾ ਦਿੱਤੇ ਨੇ, ਉਹ ਵੀ ਅੱਜ ਆ ਗਏ ਸਨ ਸ਼ੀਸ਼ੇ ਵਾਲੇ, ਉਹ ਡਿਮੈਂਸ਼ਨ ਲੈ ਕੇ ਚਲੇ ਗਏ ਨੇ, ਟਫਨ ਗਲਾਸ ਹੁਣ ਬਣ ਜਾਏਗਾ ਤੇ ਉਹ ਬਣ ਕੇ ਆਉਂਦਾ ਸਪੈਸ਼ਲ ਡਿਮੈਂਸ਼ਨ ਦਾ, ਉਹ ਲੱਗੇਗਾ ਫਿਕਸ, ਮਤਲਬ ਹੁਣ 5-7 ਦਿਨ ਸਾਡੇ ਹੋਰ ਜਾਣਗੇ ਹਾਲੇ ਵਿੱਚ। ਬਾਅਦ ਵਿੱਚ ਜਦੋਂ ਥੋੜਾ ਟਾਈਮ ਬਾਅਦ 2-3 ਮਹੀਨੇ ਬਾਅਦ ਸਾਨੂੰ ਔਖਾ ਹੋ ਜਾਣਾ ਕਿਉਂਕਿ ਫਿਰ ਨੀ ਕੋਈ ਕੰਮ ਹੋਣਾ। ਸ਼ਾਮ ਨੂੰ ਸਾਨੂੰ ਹੁਣ ਮੌਕਾ ਮਿਲਿਆ ਜੀ, ਬੈੱਡ ਦੇਖਣ ਜਾ ਰਿਹਾ ਸੀ ਫਰਨੀਚਰ ਮਾਰਕੀਟ ਚੰਡੀਗੜ੍ਹ, ਤੇ ਕਿਉਂਕਿ ਦਿਨੇ ਸਾਰਾ ਦਿਨ ਬਿਜ਼ੀ ਰਹਿੰਦੇ ਆ ਕਿਉਂਕਿ ਮੈਟਰਸ ਵੀ ਆਰਡਰ ਕਰਨੇ ਨੇ, ਜੇ ਬੈੱਡ ਪਸੰਦ ਆ ਜਾਂਦਾ ਤੇ ਉਹ ਆਰਡਰ ਕਰ ਆਵਾਂਗੇ, ਪੇਮੈਂਟ ਕਰ ਆਵਾਂਗੇ ਤੇ ਉਹਦੇ ਡਿਮੈਂਸ਼ਨ ਵਗੈਰਾ ਲੈ ਲਾਂਗੇ, ਤੇ ਉਸ ਨਾਲ ਦਾ ਸੀ ਮੈਟਰਸ ਆਰਡਰ ਕਰਨਾ ਕਿਉਂਕਿ ਉਹਨੂੰ ਆਉਣ ਲੱਗਿਆ ਵੀ ਟਾਈਮ ਲੱਗਣਾ ਵਾ, ਤੇ ਜਦੋਂ ਤੱਕ ਸਫਾਈਆਂ ਸਫੀਆਂ ਹੋ ਜਾਣਗੀਆਂ ਉਦੋਂ ਤੱਕ ਉਹ ਵੀ ਆ ਜਾਊਗਾ, ਪਹੁੰਚ ਜਾਊਗਾ, ਤੇ ਇਸ ਕਰਕੇ ਆਪਾਂ ਵੇਖਣ ਚੱਲੇ ਆ, ਤੇ ਵੇਖਣ ਤਾਂ ਚੱਲੇ ਆ ਕਿਉਂਕਿ ਜੇ ਮੰਨ ਲਓ ਜੇ ਉਸ ਕਲਰ ਦਾ ਨਹੀਂ ਹੋਗਾ ਤੇ ਆਪਾਂ ਆਰਡਰ ਤਾਂ ਸਾਈਂ ਤਾਂ ਦੇ ਆਵਾਂਗੇ ਨਾ, ਵੀ ਸਾਨੂੰ ਇਸ ਕਲਰ ਦਾ ਜਾਂ ਇਦਾਂ ਦਾ ਬਣਾ ਦਿਓ ਤੁਸੀਂ, ਹਨਾ, ਡਿਮੈਂਸ਼ਨ ਵੀ ਪੂਰੀ ਪੂਰੀ ਉਹਨਾਂ ਨੂੰ ਦੱਸ ਕੇ ਆਵਾਂਗੇ, ਜਿਹਨੂੰ ਅਸੀਂ ਕਿੰਗ ਸਾਈਜ਼ ਹੀ ਲੈ ਰਹੇ ਆ, ਪਹਿਲਾਂ ਕੁਈਨ ਸਾਈਜ਼ ਦਾ ਹੋਇਆ ਸੀ ਡਿਸੀਜਨ, ਬਟ ਸਾਡੀ ਸਪੇਸ ਬਚ ਗਈ, ਅਸੀਂ ਕਿੰਗ ਸਾਈਜ਼ ਦਾ ਕਰ ਸਕਦੇ ਹਾਂ। ਔਰ ਤੁਸੀਂ ਵੀ ਸਾਰਿਆਂ ਨੇ ਕਮੈਂਟ ਕੀਤਾ ਸੀ ਵੀ ਤੁਸੀਂ ਕਿੰਗ ਸਾਈਜ਼ ਲਓ ਹੁਣ, ਕਿਉਂਕਿ ਦੋ ਜਣੇ ਨਹੀਂ ਹੈਗੇ ਸਾਡੇ ਨਾਲ, ਅਸੀਂ ਤਿੰਨ ਜਣੇ ਹੋ ਜਾਣਾ ਹੀ ਫਿਊਚਰ 'ਚ, ਇਸ ਕਰਕੇ ਹਾਂ, ਪਰ ਉਹ ਡਿਮੈਂਸ਼ਨ ਜਿਹੜੀ ਸਾਰੀ ਉਹ ਕਿੰਗ ਸਾਈਜ਼ ਵਾਲੀ ਬਣ ਚੁੱਕੀ ਆ, ਥਾਂ ਜਗ੍ਹਾ ਵਾਧੂ ਜਗ੍ਹਾ ਬਚ ਗਈ ਹੈ, ਵਾਧੂ ਜਗ੍ਹਾ ਹੈ, ਕਿਉਂਕਿ ਜਿਹੜਾ ਪਹਿਲਾਂ ਬੈੱਡ ਉਹ ਵੀ ਕਿੰਗ ਸਾਈਜ਼ ਸੀ, ਵੈਸੇ ਉਹ ਵੀ ਕਿੰਗ ਸਾਈਜ਼ ਸੀ, ਤੁਹਾਨੂੰ ਕਿੰਗ ਸਾਈਜ਼ ਹੀ ਲਾਂਗੇ, ਕੁਈਨ ਸਾਈਜ਼ ਫਿਰ ਰਹਿਣ ਦਾ ਵੀ ਛੋਟਾ ਹੋ ਜਾਂਦਾ, ਵੱਡੇ ਬੈੱਡ ਦਾ ਠੀਕ ਹੈ, ਖੁੱਲਾ ਡੁੱਲਾ ਰੱਖ ਸਵਾਂਗੇ, ਸਹੀ ਗੱਲ ਆ। ਚਲੋ ਪਹਿਲਾਂ ਪਹੁੰਚੇ ਫਰਨੀਚਰ ਮਾਰਕੀਟ, ਤੁਹਾਨੂੰ ਵੀ ਬੈੱਡ ਦਿਖਾਉਂਦੇ ਹਾਂ। ਪਹੁੰਚ ਗਏ ਅਸੀਂ ਫਰਨੀਚਰ ਮਾਰਕੀਟ 'ਚ, ਛੁੱਟੀ ਜਾ ਰਹੇ ਨੇ ਅੱਗੇ ਅੱਗੇ, ਮੈਂ ਪਿੱਛੇ ਪਿੱਛੇ, ਅੱਜ ਮੈਂ ਵਲੌਗ ਸ਼ੂਟ ਕਰ ਰਹੀ ਹਾਂ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਮੈਨੂੰ ਬੜਾ ਔਕਵਰਡ ਲੱਗਦਾ। ਫੈਬਰਿਕ ਵਾਲਾ ਵੇਖਣ ਆਏ ਆਪਾਂ ਇੱਥੇ ਕੋਈ, ਚਲੋ ਆ ਤਾਂ ਗਿਆ ਭਾਈ, ਪਰ ਗੱਲ ਨੀ ਬਣੀ। ਬੈੱਡ ਦਾ ਦੋਸਤੋ ਅਸੀਂ ਕਰ ਲਿਆ ਪਸੰਦ, ਬੈੱਡ ਬਹੁਤ ਵਧੀਆ ਸੀ, ਰੇਟ ਵੀ ਬਹੁਤ ਜੈਨੂਅਨ, ਰੇਟ ਦੀ ਵੀ ਕਮੀ ਨਹੀਂ ਸੀ, ਰੇਟ ਵੀ ਘੈਂਟ ਲਾਇਆ ਬੰਦੇ ਨੇ, ਔਰ ਤੁਹਾਨੂੰ ਦੱਸਾਂਗਾ ਤੁਸੀਂ ਹੈਰਾਨ ਹੋ ਜਾਓਗੇ। ਅਤੇ ਰੇਟ ਸੀ 12,500 ਰੁਪਏ ਦਾ ਬੈੱਡ, ਸਾਰਾ ਬਹੁਤ ਸਸਤਾ, ਫੈਬਰਿਕ ਦੇ ਵਿੱਚ ਸੀ, ਪਲਾਈ ਲੱਗੀ ਹੋਈ ਸੀ, ਵਧੀਆ ਮਜ਼ਬੂਤ ਬੈੱਡ ਸੀ, ਮੈਂ ਝੂਠ ਕਿਉਂ ਬੋਲਾਂ ਕਿ ਮਾੜਾ ਸੀ, ਹੈ ਨਾ, ਵਧੀਆ ਬੈੱਡ ਸੀ। ਚੱਕਰ ਸਾਨੂੰ ਕੀ ਪਿਆ, ਜਿਹੜਾ ਅਸੀਂ ਕਲਰ ਚੂਜ਼ ਕੀਤਾ ਆਪਣੀ ਅਲਮੀਰਾ ਦਾ, ਹੈ ਨਾ, ਉਸ ਕਲਰ ਦੇ ਵਿੱਚ ਉਹ ਕਹਿੰਦੇ ਸੀ ਬਣਾ ਜ਼ਰੂਰ ਦੇਵਾਂਗੇ, ਪਰ ਉਹ ਕੱਪੜਾ ਅਵੇਲੇਬਲ ਹੋਣਾ ਚਾਹੀਦਾ, ਜਿਹੜੀ ਸ਼ੋਪ 'ਤੇ ਸਾਨੂੰ ਲੈ ਕੇ ਗਿਆ ਬੰਦਾ, ਅਸੀਂ ਸ਼ੋਪ ਇਹ ਵੀਡੀਓ ਤਾਂ ਨਹੀਂ ਬਣਾਈ ਉੱਥੇ, ਕਾਫੀ ਜਣੇ ਸੀ ਨਾ, ਬਹੁਤ ਰਸ਼ ਸੀ, ਤਾਂ ਚੰਗਾ ਨਹੀਂ ਲੱਗਣਾ ਸੀ, ਹੈ ਨਾ, ਉਹ ਮੂੰਹ ਵੱਲ ਦੇਖਦੇ ਸੀ ਸਾਰੇ ਬੰਦੇ ਉੱਧਰ, ਫਿਰ ਦੈਟਸ ਵਾਈ। ਅਤੇ ਉੱਥੇ ਜਿਹੜਾ ਕਲਰ ਸਾਨੂੰ ਪਸੰਦ ਆਇਆ ਉਹ ਕਲਰ, ਜਿਹੜਾ ਕਲਰ ਸਾਨੂੰ ਚਾਹੀਦਾ ਸੀ ਉਹ ਕਲਰ ਹੀ ਨਹੀਂ ਮਿਲਿਆ, ਫਿਰ ਹੁਣ ਇੱਕ ਫਿਰ ਸ਼ੋਪ 'ਤੇ ਹੋਰ ਗਏ ਅਸੀਂ, ਉਹਦੇ ਕੋਲ ਬੈੱਡ ਦੇਖਿਆ, ਉਹ ਬੈੱਡ ਵਰਥੇਬਲ ਸੀ 20,000 ਰੁਪਏ ਦਾ,
ਮੈਂ ਉਹਨੂੰ 20,000 ਦਾ ਰੇਟ ਲਾਤਾ, ਉਹ ਬੰਦਾ 25,000 ਕਹੀ ਜਾਂਦਾ ਸੀ। ਮੈਂ ਕਿਹਾ ਨਹੀਂ ਇਹ ਵਰਥੇਬਲ ਨਹੀਂ ਆ। ਦੇਖੋ ਬੈਡ ਥੋੜ੍ਹਾ ਜਿਹਾ ਬੈਟਰ ਸੀ ਉਸ ਤੋਂ ਪੁਰਾਣੇ ਵਾਲੇ, 12,500 ਅਤੇ 20,000 'ਚ ਅੰਤਰ ਹੁੰਦਾ ਤਾਂ ਓਬਵੀਅਸਲੀ ਬੈਟਰ ਹੀ ਸੀ, ਹੈ ਨਾ। ਬਟ ਮੈਂ ਕਿਹਾ ਉਹਨਾਂ, ਲੇਕਿਨ ਕਲਰ ਉੱਥੇ ਵੀ ਨਹੀਂ ਮਿਲਿਆ। ਹੋਰ ਕੋਈ ਕਲਰ ਆਪਾਂ ਲੈ ਨਹੀਂ ਸਕਦੇ ਕਿਉਂਕਿ ਜਿਹੜਾ ਕਲਰ ਅਸੀਂ ਚੂਜ਼ ਕੀਤਾ ਉਹਦੇ ਨਾਲ ਕੋਈ ਕੰਬੀਨੇਸ਼ਨ ਨਹੀਂ ਹੈ ਸਿਵਾਏ ਆਫ ਵਾਈਟ ਤੋਂ। ਅਤੇ ਆਫ ਵਾਈਟ ਅਸੀਂ ਲੈ ਨਹੀਂ ਸਕਦੇ ਕਿਉਂਕਿ ਆਫ ਵਾਈਟ ਇੱਕ ਤਾਂ ਗੰਦਾ ਹੁੰਦਾ, ਔਰ ਦੂਜਾ ਸਾਡੀ ਜਿਹੜੀ ਪਿੱਛੇ ਵਾਲ ਆ ਉਹ ਹਲਕੀ ਜਿਹੀ ਵਾਈਟਿਸ਼ ਅਤੇ ਹਲਕੀ ਜਿਹੀ ਪਰਪਲ, ਉਹ ਤੁਸੀਂ ਦੇਖ ਹੀ ਰਹੇ ਜੇ ਪਿੱਛੇ ਤੁਹਾਨੂੰ ਲਾਈਟ ਲਾਈਟ ਦੇਖ ਹੀ ਰਹੀ ਹੈ, ਪਿੱਛੇ ਪਰਪਲ ਪਰਪਲ ਵਾਈਟ ਵਾਈਟ ਜੀ ਦਿਖ ਰਹੀ ਹੈ। ਬਿਲਕੁਲ ਅਲਮੀਰਾ ਦੇ ਕਲਰ ਵਰਗਾ ਹੀ ਚੱਲੇਗਾ। ਤੇ ਆਪਾਂ ਉਹੀ ਕਲਰ ਜਿਹੜਾ ਅਸੀਂ ਸੋਚਿਆ ਉਹੀ ਲੈਣਾ ਵਾ, ਚਾਹੇ ਕਿੱਥੋਂ ਮਰਜ਼ੀ ਲੱਭੀ ਹੈ, ਕਿਸੇ ਹੋਰ ਥਾਂ ਤੋਂ ਵੀ ਦੇਖਦੇ ਹਾਂ। ਸੋਹਾਣਾ ਸਾਹਿਬ ਵਾਲੀ ਸ਼ਹਿਰ ਤੇ ਵੀ ਮਿਲਦੇ ਆ ਬੈੱਡ, ਉਧਰੋਂ ਪਤਾ ਕਰਦੇ ਆ। ਸਹੀ ਗੱਲ ਹੈ, ਕਿਉਂਕਿ ਕਰਨਾ ਤਾਂ ਹੈ। ਚਲੋ ਇਹ ਹੈ ਸਾਡੇ ਕੋਲ ਦਿਨ ਹੈਗੇ ਆ ਜਿਹਨਾਂ 'ਚ ਤੱਕ ਆਹ ਕੰਮ ਕਰ ਰਹੇ ਹਾਂ। ਇਹ ਤੁਸੀਂ ਵੈਸੇ ਵਧੀਆ ਚੂਜ਼ ਕੀਤਾ ਸੀ ਵੀ ਆਪਾਂ ਪਹਿਲਾਂ ਦੇਖ ਆਉਂਦੇ ਹਾਂ, ਕਿਉਂਕਿ ਜੇ ਨਾ ਮਿਲਿਆ ਤਾਂ ਆਪਾਂ ਬਣਵਾ ਸਕਦੇ ਹਾਂ। ਬਿਲਕੁਲ ਸਹੀ ਗੱਲ ਆ, ਕਿਉਂਕਿ ਸੇਮ ਕਲਰ ਨਹੀਂ ਮਿਲਦਾ ਹੁੰਦਾ, ਉਹ ਆਪ ਹੀ ਕਹਿ ਕੇ ਕਰਵਾਉਣਾ ਪੈਂਦਾ ਵਾ। ਤੇ ਚਲੋ ਇੰਨਾ ਸ਼ੁਕਰ ਅਸੀਂ ਅੱਜ ਵੇਖ ਆਏ ਹਾਂ। ਚਲੋ ਬੈੱਡ ਪਸੰਦ ਆਏ, ਸਿਰਫ ਇੱਕ ਕੱਪੜਾ ਹੀ ਨਹੀਂ ਮਤਲਬ ਮਿਲਿਆ ਸਾਨੂੰ, ਕਲਰ ਨਹੀਂ ਮਿਲਿਆ ਕਲਰ। ਹਾਂ, ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਉਸ ਕਲ ਉਹ ਵਾਲਾ ਕਲਰ ਕਿਤੋਂ ਹੋਰ ਲਿਆ ਕੇ ਕਿਤੋਂ ਹੋਰ ਤੋਂ ਲਿਆ ਕੇ ਇਹਨਾਂ ਨੂੰ ਦੇ ਦਈਏ, ਉਹ ਸਾਨੂੰ ਮਹਿੰਗਾ ਪਊਗਾ। ਇਹਨਾਂ ਨੇ ਤੇ ਹੋਲਸੇਲ ਰੇਟ ਤੇ ਚੱਕਣਾ ਹੁੰਦਾ, ਇਹਨਾਂ ਨੂੰ ਸਸਤਾ ਪੈਂਦਾ ਵਾ ਬੈੱਡ ਬਣਾਉਣ ਵਾਲਿਆਂ ਨੂੰ। ਬਿਲਕੁਲ ਬਿਲਕੁਲ ਬਿਲਕੁਲ। ਤੇ ਬਾਕੀ ਹੁਣ ਕੁਛ ਨਹੀਂ, ਘਰੇ ਆ ਗਏ ਆ, ਮੈਚ ਵੇਖ ਕੇ ਗਏ ਹੀ ਜਾਣ ਲੱਗਿਆ। ਓਏ ਹੋਏ, ਇੰਗਲੈਂਡ ਦਾ ਤਾਂ ਦੇਖ ਲਿਆ ਸੀ, ਇੰਗਲੈਂਡ ਦੀ ਬੁਰੀ ਹਾਲਤ ਕਰਤੀ ਨਿਊਜ਼ੀਲੈਂਡ ਨੇ। ਤੇ ਨਿਊਜ਼ੀਲੈਂਡ ਦਾ ਹੀ ਹੁਣ ਮਤਲਬ ਦੇਖਿਆ ਨਹੀਂ, ਪਰ ਹੁਣੇ ਲਾਈਵ ਸਕੋਰ ਚੈੱਕ ਕੀਤੇ, ਆਊਟ ਮਤਲਬ ਪਾਰ ਕਰ ਚੁੱਕਿਆ 282 ਨੂੰ। ਸਹੀ ਗੱਲ ਹੈ ਯਾਰ, ਅਸੀਂ ਦੋਨੋਂ ਜਾਣੇ ਮੈਚ ਦੇਖਣ ਦੇ ਬੜੇ ਸ਼ੌਕੀਨ ਆ ਸਾਨੂੰ ਦੋਨਾਂ ਨੂੰ ਮੈਚ। ਮੈਨੂੰ ਪਹਿਲਾਂ ਮੈਚ ਜਮਾ ਚੰਗਾ ਨਹੀਂ ਲੱਗਦਾ, ਪਰ ਜਦੋਂ ਸ਼ਿੱਪੀ ਵੇਖਦੇ ਨਹੀਂ ਨਾ ਵਰਲਡ ਕੱਪ ਜਿਹੜਾ ਮੈਚ ਆਉਂਦਾ ਹੁੰਦਾ ਸੀ, ਤਾਂ ਮੈਨੂੰ ਇਹਨਾਂ ਨੇ ਵੇਖਣ ਲਾਤਾ, ਮੈਨੂੰ ਬਹੁਤ ਵਧੀਆ ਇੰਟਰਸਟਿੰਗ ਲੱਗਦਾ ਹੁਣ ਮੈਚ। ਹੁਣ ਮੈਚ ਵੇਖਣਾ ਬੜਾ ਘੈਂਟ ਲੱਗਦਾ ਕਿਰਨ ਨੂੰ ਵੀ, ਔਰ ਅਸੀਂ ਦੋਨੋਂ ਇੰਨੇ ਸ਼ੌਕੀਨ ਆ, ਪੂਰਾ ਵਰਲਡ ਕੱਪ ਫੋਲੋ ਕਰਾਂਗੇ। ਪਹਿਲਾਂ ਮੈਚ ਸੀ, ਮੈਂ ਮੁਬਾਰਕਬਾਦ ਦੇਣਾ ਨਿਊਜ਼ੀਲੈਂਡ ਨੂੰ ਵੀ ਨਿਊਜ਼ੀਲੈਂਡ ਜਿੱਤ ਗਿਆ। ਈਵਨ ਮੈਂ ਵੀ ਚਾਹੁੰਦਾ ਸੀ ਨਿਊਜ਼ੀਲੈਂਡ ਜਿੱਤੇ, ਕਿਉਂਕਿ ਮੈਂ ਨਿਊਜ਼ੀਲੈਂਡ ਦੇ ਉੱਪਰ ਆਪਣੀਆਂ ਆਸਾਂ ਲਾਈਆਂ ਹੋਈਆਂ ਸੀ। ਬਿਕੋਜ਼ ਪਿਛਲੇ ਵਰਲਡ ਕੱਪ 'ਚ ਤੁਹਾਨੂੰ ਪਤਾ ਵੀ ਕੀ ਹੋਇਆ ਸੀ, ਇੱਕ ਬੇਵਕੂਫੀ ਜਿਹੇ ਡਿਸੀਜ਼ਨ ਕਰਕੇ ਜਿੱਤੇ ਨੇ ਇੰਗਲੈਂਡ ਵਾਲੇ ਵਰਲਡ ਕੱਪ। ਇਸ ਵਾਰ ਮੈਂ ਨਹੀਂ ਚਾਹੁੰਦਾ ਇੰਗਲੈਂਡ ਜਿੱਤੇ, ਮੈਂ ਚਾਹੁੰਦਾ ਇੰਗਲੈਂਡ ਕੁਆਟਰ ਫਾਈਨਲ ਤੱਕ ਵੀ ਨਾ ਪਹੁੰਚੇ। ਬਟ ਇੰਗਲੈਂਡ ਪਿਛਲੀ ਵਾਰੀ ਆਪਣਾ ਲੈ ਚੁੱਕਾ ਹੈ, ਮੌਕਾ ਮਿਲਣਾ ਚਾਹੀਦਾ। ਕਿਉਂ ਕਿਉਂ ਕਿਹਨੂੰ ਮੌਕਾ ਚੱਲਣਾ ਚਾਹੀਦਾ? ਇੰਡੀਆ ਜਿੱਤੇਗਾ ਵਰਲਡ ਕੱਪ ਨਿਊਜ਼ੀਲੈਂਡ ਨੂੰ। ਮਤਲਬ ਪਿਛਲੀ ਵਾਰੀ ਜਿਹੜਾ ਵਰਲਡ ਕੱਪ ਫਾਈਨਲ ਹੋਇਆ ਹੈ ਉਹ ਨਿਊਜ਼ੀਲੈਂਡ ਤੇ ਇਹਦੇ ਵਿੱਚ ਹੀ ਹੋਇਆ ਸੀ, ਇੰਗਲੈਂਡ ਦੇ ਵਿੱਚ, ਔਰ ਦੋਨਾਂ ਨੇ ਬਿਲਕੁਲ ਇਕੁਅਲ ਸਕੋਰ, ਫਿਰ ਜਿਹੜਾ ਟਾਈ ਹੁੰਦਾ ਹਨਾ, ਉਹ ਟਾਈ ਹੋਇਆ ਸੀ ਸੁਪਰ ਓਵਰ ਕਰਕੇ, ਉਹ ਵੀ ਟਾਈ ਸੀ। ਅੱਛਾ, ਜਿਹਦੇ ਜ਼ਿਆਦਾ ਛੱਕੇ ਸੀ ਉਹਨੂੰ ਜਿਤਾਤਾ, ਉਹਨੂੰ ਜਿਤਾਤਾ, ਇਹ ਕੋਈ ਡਿਸੀਜਨ ਸੀ? ਹਾਂ, ਪਰ ਸੀਰੀਅਸਲੀ ਸਰ, ਨਿਊਜ਼ੀਲੈਂਡ ਨੇ ਤਾਂ ਬਹੁਤ, ਨਿਊਜ਼ੀਲੈਂਡ ਨੇ ਸਿਰਾ ਲਾਤਾ ਸਿਰਾ ਅੱਜ ਦਾ ਮੈਚ ਵਿੱਚ। ਬਟ ਇੰਡੀਆ ਦਾ ਮੈਚ ਹੈ ਜੀ 8 ਤਰੀਕ ਨੂੰ ਆਸਟ੍ਰੇਲੀਆ ਦੇ ਨਾਲ, ਉਹ ਦੇਖਣ ਵਾਲਾ ਫਾਇਦਾ ਹੋਏਗਾ। ਜਦ ਤੱਕ ਆਹ ਟੀਵੀ 'ਤੇ ਦੇਖਾਂਗੇ, ਆਰਾਮ ਨਾਲ ਬਹਿ ਕੇ, ਅੰਦਰ ਨਹੀਂ ਬਹਿ ਕੇ ਮੈਂ ਦੇਖਣਾ। ਅਤੇ ਨਾਲ ਅੱਜ ਕਿੰਨੀ ਤਰੀਕ ਹੈ? 5, 6, 7, 8। ਹੋਪ ਯਾਰ ਕੰਮ ਨਿਬੜ ਜਾਏ ਯਾਰ, ਫਿਰ ਤਾਂ ਹੀ ਮੈਚ ਦੇਖਣ ਦਾ ਮਜ਼ਾ ਆਏਗਾ। ਵਾਸੀਆਂ ਵਾਸੀਆਂ ਹੁਣ ਤਾਂ ਬਸ ਇਹੀ ਮਨ ਨਹੀਂ ਮਾਰਿਆ ਵਾ ਇੱਕ ਹਿਸਾਬ ਦਾ ਨਾ, ਸਹੀ ਦੱਸਾਂ ਨਾ, ਘਰ ਦੇ ਵਿੱਚ ਰਹਿ ਮਨ ਮਾਰ ਕੇ ਬੈਠੇ ਹੋਏ ਆ। ਮਨ ਮਾਰਨਾ ਹੀ ਪੈਣਾ ਭਾਈ, ਹੁਣ ਕੀ ਕਰੀਏ? ਜਿੱਥੇ ਇਹਨੇ ਦਿਨ ਕੱਢ ਲਿਆ ਉੱਥੇ ਹੋਰ ਸਹੀ, ਬਸ ਕੱਟ ਲਓ। ਤੁਸੀਂ ਤਾਂ ਇੱਧਰ ਵੀ ਸ਼ੀਸ਼ੇ ਚੇਂਜ ਕਰਾ ਰਹੇ ਹੋ, ਹਾਲੇ ਤਾਂ ਹੋਰ ਪਤਾ ਨਹੀਂ ਕਿੰਨਾ ਕੁ ਲੱਗੇਗਾ। ਚਲੋ ਫਿਰ ਹੁਣ ਇਹ ਆ, ਇੱਕ ਵਾਰੀ ਗੰਦ ਨਿਕਲੂਗਾ, ਨਹੀਂ ਤਾਂ ਜਦੋਂ ਦੁਬਾਰਾ ਗੰਦ ਪਿਆ ਨਾ ਫਿਰ ਦੁਬਾਰਾ ਦੁਬਾਰਾ ਕੌਣ ਸਾਂਭੂਗਾ? ਸਹੀ ਗੱਲ ਹੈ। ਅੱਜ ਹੋ ਗਈ ਮਿਸਤਰੀਆਂ ਦੀ ਲੜਾਈ, ਮਿਸਤਰੀ ਆਪਸ 'ਚ ਲੜ ਪਏ। ਇਹਦੇ 'ਚ ਮੇਰਾ ਕੀ ਕਸੂਰ ਹੈ ਭਾਈ? ਮੇਰਾ ਤਾਂ ਕੋਈ ਕਸੂਰ ਨਹੀਂ ਹੈ ਨਾ। ਮਿਸਤਰੀ ਆ ਕੇ ਮੈਨੂੰ ਬੋਲਣ ਲੱਗ ਗਿਆ ਇੱਦਾਂ ਉੱਦਾਂ, ਮੈਂ ਕਿਹਾ ਬਾਈ ਗੱਲ ਸੁਣ, ਮੇਰੇ ਨਾਲ ਬਹਿਸ ਨਹੀਂ ਕਰਨੀ, ਬਾਹਰ ਨਿਕਲ, ਘਰ ਤੋਂ ਬਾਹਰ ਚੱਲ। ਮੇਰਾ ਅੱਗੇ ਦਿਮਾਗ ਬਹੁਤ ਖਰਾਬ ਹੋ ਰਿਹਾ ਵੀ ਮੈਂ ਇੰਨੇ ਘਰ ਦੇ ਵਿੱਚ ਮਿਸਤਰੀ ਵੜੇ ਹੋਏ ਨੇ, ਮੇਰਾ ਦਿਮਾਗ ਪਾਗਲ ਹੋਈ ਜਾਣਾ। ਤੂੰ ਮੈਨੂੰ ਲੜਨਾ ਮਿਲੋ ਉਹਦੇ ਨਾਲ ਕਾਹ ਤੋਂ ਲੜੀ ਜਾਣਾ ਤੂੰ? ਕਿਉਂਕਿ ਜਿਹੜੀ ਲੇਬਰ ਮਿਸਤਰੀ, ਕਿਹੜਾ ਜਿਹੜਾ ਟੈਲ ਵਾਲਾ ਮਿਸਤਰੀ ਆਇਆ ਸੀ ਨਾ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਉਹ ਆਪਣੇ ਠੇਕੇਦਾਰ ਨਾਲ ਲੜੀ ਜਾ ਰਿਹਾ ਸੀ ਕਿਸੇ ਗੱਲ ਪਿੱਛੋਂ। ਆਈ ਡੋਂਟ ਨੋ ਵਾਈ, ਵੀ ਕਿਉਂ ਲੜ ਰਿਹਾ ਇੰਨਾ। ਬੋਲੀ ਜਾਵੇ ਮੈਨੂੰ, ਆਹ ਸਟੂਡੀਓ ਹੈ, ਦਿਖਾਓ ਕਿਹੜਾ ਸਟੂਡੀਓ। ਥੋੜ੍ਹੀ ਜਿਹੀ ਅਸੀਂ ਅੰਦਰ ਬੈਠੇ ਹੁੰਦੇ ਸੀ ਸਟੂਡੀਓ ਦੇ ਵਿੱਚ, ਆ ਕੇ ਠੱਕ 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 ਦਰਵਾਜ਼ਾ ਖੜਕਾਉਂਦਾ ਸੀ। ਮੈਂ ਯੈਸ, ਹਾਂਜੀ, ਉਹ ਐਸੇ ਕਰ ਰਿਹਾ। ਮੈਂ ਕਿਹਾ ਯਾਰ ਅੰਕਲ, ਆਹ ਦੇ ਹੱਥ ਜੋੜੀ, ਮੈਨੂੰ ਨਾ ਬੁਲਾ, ਤੂੰ ਕੰਮ ਕਰਨਾ ਕਰ, ਨਹੀਂ ਤਾਂ ਜਾ, ਕਾਹਨੂੰ ਮੈਨੂੰ ਤੰਗ ਕਰ ਰਿਹਾ? ਇਹ ਕੰਮ ਨਹੀਂ ਚੱਲਣਾ। ਮੈਂ ਕਿਹਾ ਤੂੰ ਆਪਣੇ ਠੇਕੇਦਾਰ ਨਾਲ ਗੱਲ ਕਰ, ਤੂੰ ਨਹੀਂ ਕੰਮ ਕਰਨਾ ਤੂੰ ਜਾ, ਦੈਟਸ ਇਟ, ਮੈਨੂੰ ਨਾ ਤੰਗ ਕਰ। ਫਿਰ ਜਦੋਂ ਛੁੱਟੀ ਹੋ ਗਈ, ਉਹ ਲੈਣ ਨਹੀਂ ਆਇਆ ਇਹਨਾਂ ਨੂੰ, ਫਿਰ ਆ ਕੇ ਇੱਥੇ ਖੜਾ ਰਿਹਾ। ਮੈਂ ਕਿਹਾ ਹੁਣ ਮੈਂ ਤੈਨੂੰ ਘਰੇ ਥੋੜ੍ਹੀ ਬਿਠਾਊਂਗਾ, ਤੂੰ ਜਾ ਕੇ ਨੀਚੇ ਪਾਰਕ ਹੈ, ਨੀਚੇ ਬੈਠ ਜਾ, ਪਾਰਕ ਬਹੁਤ ਖੁੱਲ੍ਹੀ ਹੈ, ਤੇਰਾ ਠੇਕੇਦਾਰ ਹੈ ਉਹਦੇ ਨਾਲ ਚਲਾ ਜੀ। ਪ੍ਰਵਾਸੀ ਬੰਦਿਆਂ ਨੂੰ ਮੈਂ ਲਾ ਕੇ ਖੁਸ਼ ਨਹੀਂ ਹੁੰਦਾ। ਵੈਸੇ ਮੈਂ ਰੇਸਿਜ਼ਮ ਨਹੀਂ ਕਰ ਰਿਹਾ, ਆਪਣੇ ਪੰਜਾਬੀਆਂ ਨੂੰ ਕੰਮ ਦਿਓ, ਆਪਣੇ ਪੰਜਾਬੀ ਕੋਈ ਵੀ ਹੋਵੇ, ਕਿਸੇ ਵੀ ਕਮਿਊਨਿਟੀ ਦਾ ਹੋਵੇ, ਕਿਸੇ ਵੀ ਰਿਲੀਜਨ ਦਾ ਹੋਵੇ, ਉਹ
ਜੇ ਕਿਤੇ ਪੰਜਾਬੀ ਬੰਦੇ ਨੂੰ ਟੈਲਾਂ ਲਾਣੀਆਂ ਆਉਂਦੀਆਂ ਹੁੰਦੀਆਂ ਮੈਂ ਤਾਂ ਉਸ ਤੋਂ ਲਵਾਉਂਦਾ, ਪਰ ਕੋਈ ਮਿਲਿਆ ਹੀ ਨਹੀਂ ਪੰਜਾਬੀ ਬੰਦਾ ਟੈਲਾਂ ਲਾਣ ਵਾਲਾ। ਸਹੀ ਗੱਲ ਹੈ ਯਾਰ, ਔਖਾ ਯਾਰ, ਔਖਾ, ਬਹੁਤ ਔਖਾ। ਅਲਮਾਰੀ ਦਿਖਾ ਕੇ ਆਵਾਂ ਅੰਦਰ ਵਾਲੀ, ਜਿਹੜੇ ਨਵੇਂ ਵੀਰ ਭੈਣ ਜੁੜੇ ਨੇ ਸਬਸਕ੍ਰਾਈਬਰ ਫੈਮਿਲੀ ਜੁੜੀ ਹੈ ਉਹਨਾਂ ਨੇ, ਜਿਨ੍ਹਾਂ ਨੇ ਹਾਊਸ ਟੂਰ ਨਹੀਂ ਦੇਖਿਆ ਉਹਨਾਂ ਵਾਸਤੇ ਇੱਕ ਵਾਰੀ ਬਣਾ ਲਈ ਹੈ, ਸਾਨੂੰ ਵੀ ਚਾਹ ਕਰੇਜ਼ ਹੋਏਗਾ, ਇੱਕ ਵਾਰੀ ਸਫਾਈਆਂ ਸਫਾਈਆਂ ਕਰਕੇ ਫਿਰ ਹਾਊਸ ਟੂਰ ਦੇਵਾਂਗੇ, ਬਾਲਕਨੀਆਂ ਜਿੱਥੇ ਟੈਲਾਂ ਲਵਾਈਆਂ ਉਹ ਵੀ ਦਿਖਾਵਾਂਗੇ, ਸਾਰਾ ਕੁਛ ਹੁਣ ਦਿਖਾਉਣਾ ਕੁਛ ਨਹੀਂ ਤੁਹਾਨੂੰ, ਸਰਪ੍ਰਾਈਜ਼ ਹੀ ਹੈ ਕਿਉਂਕਿ ਦੇਖੋ ਰਹਿਣਾ ਤਾਂ ਅਸੀਂ ਹੈ ਇੱਥੇ, ਪਰ ਤੁਸੀਂ ਇੰਨਾ ਪਿਆਰ ਦਿੰਦੇ ਹੋ ਕਿਉਂਕਿ ਤੁਸੀਂ ਆਪ ਕਹਿੰਦੇ ਹੋ ਵੀ ਸਾਨੂੰ ਇੱਦਾਂ ਲੱਗਦਾ ਅਸੀਂ ਤੁਹਾਡੇ ਨਾਲ ਹੀ ਹਾਂ, ਹੈ ਨਾ, ਫੈਮਿਲੀ ਹਾਂ, ਅਤੇ ਮੈਨੂੰ ਪਤਾ ਤੁਹਾਨੂੰ ਵੀ ਉਨੀ ਖੁਸ਼ੀ ਹੁੰਦੀ ਜਿੰਨੀ ਸਾਨੂੰ ਹੁੰਦੀ ਹੈ। ਔਰ ਉਸ ਤੋਂ ਬਾਅਦ ਘਰ ਜਦੋਂ ਕੰਪਲੀਟ ਹੋ ਜਾਏਗਾ ਤੁਸੀਂ ਆ ਸਕਦੇ ਹੋ ਘਰੇ, ਇੱਕ ਵੀਰ ਨੇ ਕਿਹਾ ਸੀ ਕਹਿੰਦੇ ਤੁਸੀਂ ਨਾ ਜਦੋਂ ਘਰ ਕੰਪਲੀਟ ਹੋ ਜੇ ਤੁਸੀਂ ਨਾ ਉਹ ਕਰ ਲਿਓ ਸਾਰਿਆਂ ਨੂੰ ਬੁਲਾ ਲਿਓ, ਨਾ ਤੁਹਾਡੀ ਸਫਾਈਆਂ ਕਰਾ ਜਾਣਗੇ, ਤੁਸੀਂ ਨਾ ਵੈਸੇ ਘਰ ਕੰਪਲੀਟ ਹੁੰਦਾ ਉਦੋਂ ਫਟਾਫਟ ਆ ਜਾਓ, ਕਿੰਨਾ ਵਧੀਆ ਲੱਗੂਗਾ ਨਾ, ਸਾਰੇ ਕਰਨ ਵਾਸਤੇ ਆਉਣਗੇ ਤਾਂ। ਸਹੀ ਗੱਲ ਹੈ ਨਾ, ਪਰ ਕਾਨੂੰ ਹੈ ਨਾ, ਜਦੋਂ ਮੈਂ ਚਾਹੁੰਦਾ ਜਦੋਂ ਵੀ ਕੋਈ ਵੀਰ ਭੈਣ ਆਵੇ ਤਾਂ ਖੁੱਲੇ ਟਾਈਮ ਲਈ ਗੱਲਾਂ ਬਾਤਾਂ ਕਰਨ ਆਵੇ, ਤੁਸੀਂ ਨੀ ਸੌਣ ਲੱਗੇ ਕੱਲ, ਪਤਾ ਕੀ ਹੋਇਆ ਮੈਂ ਇੱਥੇ ਬੈਠਾ ਮੈਂ ਕਹਿੰਦਾ ਵੈਬ ਸੀਰੀਜ਼ ਦੇ ਰਿਹਾ, ਉਹ ਉੱਥੇ ਬੈਠੇ ਕਿਰਨ ਇੱਥੇ ਬੈਠੇ ਜਿੱਥੇ ਬੈਠੇ ਸੀ, ਇਹ ਲੇਟ ਗਈ ਹੌਲੀ ਹੌਲੀ, ਫਿਰ ਕਹਿੰਦਾ ਮੈਨੂੰ ਨੀਂਦ ਆ ਰਹੀ ਹੈ, ਸੌ ਗਏ ਗੁੜੀ ਨੀਂਦ ਖਰਾੜੇ ਸ਼ੁਰੂ, ਹੱਦ ਹੈ, ਮੈਂ ਕਿਹਾ ਮੈਂ ਕਿਰਨ ਨੂੰ ਉਠਾਇਆ, ਮੈਂ ਕਿਰਨ ਉੱਠੋ ਦੁੱਧ ਵਗੈਰਾ ਪੀਣਾ, ਕਹਿੰਦੇ ਨਹੀਂ, ਮੈਂ ਕਿਹਾ ਫਿਰ ਅੰਦਰ ਚਲੋ ਸੋ ਆਰਾਮ ਨਾਲ, ਅੰਦਰ ਚਲੇ ਕੇ ਸੌਣ, ਮੈਂ ਉਹਦੇ ਦੋ ਤਿੰਨ ਐਪੀਸੋਡ ਦੇਖ ਛੱਡੇ, ਜਦੋਂ ਅੰਦਰ ਗਿਆ ਆਰਾਮ ਫੋਨ ਤੇ ਵੀਡੀਓ ਦੇਖ ਕੇ ਦੰਦ ਫੜ ਰਿਹਾ, ਮੈਂ ਤਾਂ ਅੰਦਰ ਗਿਆ, ਮੈਂ ਆਰਾਮ ਨਾਲ ਗਿਆ, ਕਿਤੇ ਸੁੱਤੇ ਹੋਣਗੇ ਆਰਾਮ ਦੇ ਨਾਲ, ਵੀ ਕੱਲ੍ਹ ਨੂੰ ਡਿਸਟਰਬ ਖੜ ਕੇ ਨਾ ਉੱਠ ਨਾ ਜਾਣ। ਚਲੋ ਮੈਂ ਕਿੰਨੀ ਇਮਾਨਦਾਰ ਹਾਂ, ਜੁੱਤੀ ਬਾਹਰ ਲਾਈਟਾਂ ਬੰਦ ਕਰ ਰਹੇ ਆ, ਟੀਵੀ ਬੰਦ ਕਰ ਰਹੇ, ਮੈਨੂੰ ਪਤਾ ਲੱਗ ਗਿਆ ਸੀ ਵੀ ਤੁਸੀਂ ਹੁਣ ਅੰਦਰ ਆਉਣ ਲੱਗੇ, ਤੇ ਮੈਂ ਅੰਦਰ ਫਿਰ ਜਿਵੇਂ ਅਸੀਂ ਜਿਵੇਂ ਛੋਟੇ ਹੁੰਦੇ ਨਾ, ਜਿੱਦਾਂ ਮੰਮੀ ਹੁਣੀ ਅਸੀਂ ਪੜਾ ਪੜ੍ਹਨੇ ਹੁਣ ਤੇ ਅਸੀਂ ਕਹਿ ਦੇਣਾ ਕਿ ਕੇਸ ਮਾਰ ਲੈਣੀ ਜਿਵੇਂ ਕਹਿੰਦੇ ਨਾ, ਏਦਾਂ ਬੋਲਦੇ ਆ ਸਾਡੇ ਉੱਥੇ, ਵੀ ਮੈਂ ਸੌ ਜਾਣਾ ਸੀ ਅੱਖਾਂ ਬੰਦ ਕਰਕੇ, ਮੈਂ ਸੁੱਤੀ ਆ, ਤੁਹਾਨੂੰ ਲੱਗਣਾ ਮੈਂ ਸੁੱਤੀ ਆ, ਪਰ ਮੈਂ ਏਦਾਂ ਨੀ ਕੀਤਾ, ਇਹਦੇ ਚ ਕਿਹੜੀ ਇਮਾਨਦਾਰੀ ਝਲਕਦੀ, ਇਹ ਇਮਾਨਦਾਰੀ ਦਿਖਾਉਣ ਵਾਲੀ ਚੀਜ਼ ਹੈ ਕੋਈ, ਦਲੀਆ ਤੇ ਦੁੱਧ ਪੀਣਾ ਬਸ, ਮੈਂ ਦਲੀਆ ਵੀ ਖਾਣਾ ਤੇ ਦੁੱਧ ਵੀ ਪੀਣਾ, ਦੋਨੋਂ ਚੀਜ਼ਾਂ ਖਾਣਾ, ਕਿਉਂਕਿ ਦੁੱਧ ਮੈਨੂੰ ਦਲੀਆ ਹੁਣ ਦੇ ਦੋ, ਜਿਹੜਾ ਦਲੀਆ ਦਲੀਆ ਮੈਨੂੰ ਥੋੜੀ ਦੇਰ ਬਾਅਦ, ਦੁੱਧ ਦੀ ਦਲੀਆ ਹੁਣ ਦੇ ਦੋ, ਦੁੱਧ ਥੋੜੀ ਦੇਰ ਬਾਅਦ, ਕਿਉਂਕਿ ਮੈਨੇ ਫਿਲਮ ਦੇਖਣੀ ਹੈ, ਜਾ ਕੋਈ ਨੀ ਸੋਣਾ ਸੋਣਾ, ਅੰਦਰ ਨੀਂਦ ਨੀ ਆਣੀ ਕਰਨ, ਕਿਉਂਕਿ ਜਿਹੜਾ ਸਾਡਾ ਸੋਫਾ ਬੈਡ ਹੈ ਨਾ ਇੰਨਾ ਵਧੀਆ ਨੀਗਾ, ਮੈਂ ਝੂਠ ਕਿਉਂ ਬੋਲੀਏ, ਹਾਰਡ ਹੈ, ਬੇਕਾਰ ਜਿਹਾ ਵੀ, ਟੈਂਪਰੇਰੀ ਹੈ ਮਸਾਂ, ਬਟ ਇੱਕ ਅੱਜ ਦਾ ਦਿਨ ਸੋਣਾ ਬਸ, ਇੱਥੇ ਹੋਰ ਹੋ ਸਕਦਾ ਕੱਲ੍ਹ ਦਾ ਦਿਨ ਵੀ ਸੋਣਾ ਪਵੇ, ਕਿਉਂਕਿ ਇੱਧਰਲੇ ਕਮਰੇ ਦੇ ਅੰਕਲ ਕਹਿੰਦੇ ਸੀ ਅਲਮਾਰੀ ਕੰਪਲੀਟ ਹੋ ਜਾਏਗੀ, ਪਰ ਮੈਨੂੰ ਨਹੀਂ ਲੱਗਦਾ ਵੀ ਕੱਲ੍ਹ ਜੇ ਕੰਪਲੀਟ ਹੋ ਜਾਂਦੀ ਹੈ ਤਾਂ ਕੱਲ੍ਹ ਫਿਰ ਸਫਾਈਆਂ ਸਫਾਈਆਂ ਕਰਕੇ ਪਰਸੋਂ ਹੀ ਸੋਵਾ ਜਾ ਛੋਇਆ ਜਾਣਾ ਇਸ ਕਮਰੇ 'ਚ, ਔਖਾ ਬਾਈ ਔਖਾ ਤਾਂ ਇੱਧਰ ਸੋਣਾ, ਮੈਨੂੰ ਲੱਗਦਾ ਅੱਧਾ ਤਾਂ ਮੇਰਾ ਲੱਕ ਤਾਂ ਹੀ ਆਕੜਿਆ ਪਿਆ। ਚਲੋ ਦੋਸਤੋ ਮਿਲਦੇ ਹਾਂ ਤੁਹਾਨੂੰ ਕੱਲ੍ਹ ਇੱਕ ਨਵੇਂ ਵਲੋਗ ਵਿੱਚ, ਸਾਨੂੰ ਦੇਖੋ ਸਾਜਿਤ, ਬਾਏ ਬਾਏ।